ਉਦੋਂ ਬਾਅਦ ਉਹਨੇ ਗੇੜਾ ਕਢਾਇਆ ਜੀ, ਉਹ ਸੌਂ ਗਈ ਸੀਗੀ। ਉਦੋਂ ਬਾਅਦ ਉਹਦੇ ਮੂੰਹ 'ਚ ਝੱਗ ਆਉਣ ਲੱਗ ਗਿਆ ਸੀਗਾ ਜੀ। ਝੱਗ ਆਉਣ ਤੋਂ ਬਾਅਦ ਜੀ ਇਹਨਾਂ ਨੇ ਇਹ ਪਿੰਡ 'ਚ ਲੈ ਕੇ ਗਏ ਸੀ ਜੋਗੀ ਕੋਲ ਜੀ, ਕਿਸੇ ਕੋਲ। ਅਤੇ ਜੋਗੀ ਨੇ ਉਹਨੂੰ ਦੱਸਿਆ ਜੀ ਉਹਦੇ ਜ਼ਹਿਰ ਜ਼ਿਆਦਾ ਫੈਲ ਗਿਆ ਜੀ। ਉਹ ਕਹਿੰਦੇ ਤੁਸੀਂ ਹੋਰ ਕਿਤੇ ਲੈ ਜਾਓ। ਇਹ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਆਏ ਜੀ। ਡਾਕਟਰਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਵੀ ਇਹ 'ਤੇ ਜ਼ਹਿਰ ਫੈਲ ਹੋ ਗਿਆ ਜ਼ਿਆਦਾ ਅਤੇ ਇਹਨਾਂ ਦੀ ਡੈਥ ਹੋ ਗਈ ਆ। ਮੇਰਾ ਨਾਮ ਟੀਟੂ ਹੈ ਜੀ। ਇਹਨਾਂ ਅਸੀਂ ਜਗਰਾਉਂ ਤੋਂ ਆਏ ਜੀ। ਸਾਡੀ ਭਾਣਜੀ ਆ ਜੀ, ਰਾਤੀ ਉਹਨਾਂ ਦੇ ਜੀ ਪੈਰ ਦੇ ਉੱਤੇ ਸੱਪ ਨੇ, ਉਹ ਕਹਿੰਦੇ ਦੰਦੀ ਵੱਢੀ ਹੈ ਜੀ। ਉਹਨਾਂ ਨੇ ਰਾਤੀ ਸੱਪ ਦੇਖਿਆ ਸੀਗਾ, ਕਹਿੰਦੇ ਸੱਪ ਨੇ ਦੰਦੀ ਵੱਢੀ ਆ। ਉਦੋਂ ਬਾਅਦ ਉਹਨੂੰ ਗੇੜਾ ਕਢਾਇਆ ਜੀ, ਉਹ ਸੌਂ ਗਈ ਸੀਗੀ। ਉਦੋਂ ਬਾਅਦ ਉਹਦੇ ਮੂੰਹ 'ਚ ਝੱਗ ਆਉਣ ਲੱਗ ਗਿਆ ਸੀਗਾ ਜੀ। ਝੱਗ ਆਉਣ ਤੋਂ ਬਾਅਦ ਜੀ ਇਹਨਾਂ ਨੇ ਇਹ ਪਿੰਡ 'ਚ ਲੈ ਕੇ ਗਏ ਸੀ ਜੋਗੀ ਕੋਲ ਜੀ, ਕਿਸੇ ਕੋਲ। ਅਤੇ ਜੋਗੀ ਨੇ ਉਹਨੂੰ ਦੱਸਿਆ ਜੀ ਉਹਦੇ ਜ਼ਹਿਰ ਜ਼ਿਆਦਾ ਫੈਲ ਗਿਆ ਜੀ। ਉਹ ਕਹਿੰਦੇ ਤੁਸੀਂ ਹੋਰ ਕਿਤੇ ਲੈ ਜਾਓ। ਇਹ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਆਏ ਜੀ। ਡਾਕਟਰਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਸੀਗਾ ਵੀ ਇਹ 'ਤੇ ਜ਼ਹਿਰ ਫੈਲ ਹੋ ਗਿਆ ਜ਼ਿਆਦਾ ਅਤੇ ਇਹਨਾਂ ਦੀ ਡੈਥ ਹੋ ਗਈ ਆ। ਉਦੋਂ ਬਾਅਦ ਜੀ ਇਹਨਾਂ ਨੇ ਅਸੀਂ ਪੋਸਟਮਾਰਟਮ, ਡਾਕਟਰ ਕਹਿੰਦੇ ਕਰਵਾਓ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਲੜਿਆ ਵਾ। ਇਦੋਂ ਬਾਅਦ ਪੋਸਟਮਾਰਟਮ ਹੋ ਹੀ ਜਾਂਦਾ ਜੀ ਹੁਣ। ਅਤੇ ਅਸੀਂ ਸਰਕਾਰ ਤੋਂ ਵੀ ਇਹੀ, ਪਿਓ ਵੀ ਇਹਨਾਂ ਦੇ ਜਾਣੀ ਕਿ ਬਿਮਾਰ ਆ, 3 ਸਾਲ ਤੋਂ TV ਦੀ ਪ੍ਰੋਬਲਮ ਹੋਈ ਹੋਈ ਆ ਜੀ, ਮੰਜੇ 'ਤੇ ਪਏ ਆ। 2-3 ਬੇਟੇ ਅਤੇ 2 ਬੇਟੀਆਂ ਨੇ ਅਤੇ ਬੱਚੇ ਛੋਟੇ ਆ ਵੀ, ਕੰਮ ਕਰਨ ਵਾਲਾ ਕੋਈ ਘਰ ਦੇ ਵਿੱਚ ਹੈ ਨਹੀਂ, ਮਾਂ ਵਾਂ ਘਰਾਂ 'ਚ ਕੰਮ ਕਰਦੀ ਆ। ਅਤੇ ਜੀ ਇਹਨਾਂ ਨੂੰ ਜਾਣੀ ਕਿ ਸਹੂਲਤ ਕੋਈ ਦਿੱਤੀ ਜਾਵੇ ਸਰਕਾਰ ਵੱਲੋਂ। ਘਰ ਵੀ ਇਹਨਾਂ ਦਾ ਬਹੁਤ ਡਿੱਗਿਆ ਟੁੱਟਿਆ ਹੋਇਆ ਵਾ, ਸਾਰਾ ਹੀ ਕੱਚਾ ਘਰ ਆ। ਅਤੇ ਇਹਨੂੰ ਸਰਕਾਰ ਬੰਨਿਆ ਇਸ 'ਤੇ ਇਹੀ ਸਹੂਲਤ ਮੰਗਦੇ ਵੀ ਇਹਨਾਂ ਨੂੰ ਸਹੂਲਤ ਜ਼ਿਆਦਾ ਤੋਂ ਜ਼ਿਆਦਾ ਕੋਈ ਸਰਕਾਰ ਕੋਲੋਂ ਮੁਆਵਜ਼ਾ ਕੋਈ ਦਿੱਤਾ ਜਾਵੇ। ਅੱਜ ਇੱਕ ਡਾਕਟਰ ਸਾਹਿਬ ਵੱਲੋਂ ਸਿਵਲ ਹਸਪਤਾਲ ਤੋਂ ਰੁੱਖਾ ਸਾਨੂੰ ਮਿਲਿਆ ਸੀਗਾ, ਜਿਸ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਇੱਕ ਲੜਕੀ ਦੀ ਬੋਡੀ ਜਿਹੜੀ ਆ ਸਾਡੇ ਸਿਵਲ ਹਸਪਤਾਲ ਪਈ ਆ, ਜਿਸ 'ਤੇ ਮੈਂ ਅਤੇ ਮੇਰੇ ਸਾਥੀ ਕਰਮਚਾਰੀ ਅਸੀਂ ਸਿਵਲ ਹਸਪਤਾਲ ਪੁੱਜ ਕੇ ਲੜਕੀ ਦੇ ਵਾਰਸਾਂ, ਲੜਕੀ ਦੀ ਮਾਤਾ ਦਾ ਬਿਆਨ ਜਿਹੜੇ ਆ ਉਹ ਲਿਖੇ ਗਏ ਆ, ਜਿਸ ਵਿੱਚ ਉਹਨੇ ਦੱਸਿਆ ਕਿ ਲੜਕੀ ਨੂੰ ਕੋਈ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਵਿੱਚ ਉਹਦੀ ਮੌਤ ਹੋ ਗਈ ਸੀ। ਉਸਦੇ ਬਿਆਨਾਂ ਦੇ ਉੱਤੇ 174 ਦੀ ਕਾਰਵਾਈ ਅਮਲ 'ਚ ਲਿਆ ਕੇ ਲਾਸ਼ ਜਿਹੜੀ ਸੀ ਲੜਕੀ ਰਜਨੀ ਦੀ, ਬਾਅਦ ਪੋਸਟਮਾਰਟਮ ਹਵਾਲੇ ਘਰ ਵਾਲਿਆਂ ਦੇ ਕਰ ਦਿੱਤੀ। ਇਹ ਜੀਰਾ ਸ਼ਹਿਰ ਦੇ ਰਹਿਣ ਵਾਲੇ ਆ ਜੀ, ਛਾਹ ਵਾਲਾ ਰੋਡ, ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਦੇ ਨੇੜੇ ਇਹਨਾਂ ਦਾ ਘਰ ਹੈ। ਇਹ ਪਿਤਾ ਦਾ ਨਾਮ ਵੀਰ ਕੁਮਾਰ ਹੈ ਜੀ। ਚਮਤਕਾਰ ਹੁੰਦੇ ਨੇ, ਵੇਖੋ ਆਪਣੀ ਅੱਖਾਂ ਸਾਹਮਣੇ 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ। ਸੱਤ ਇਲਮਾਂ ਦੇ ਮਾਹਿਰ ਸਲੀਮ ਖਾਨ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਮਨ ਚਾ ਪਿਆਰ, ਪਤੀ ਪਤਨੀ 'ਚ ਅਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਦਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀ ਅੱਖਾਂ ਸਾਹਮਣੇ ਤੜਫਦਾ ਦੇਖੋ, ਅੱਜ ਹੀ ਫੋਨ ਕਰੋ ਤੇ ਸਮਾਧਾਨ ਪਾਓ। ਸਲੀਮ ਖਾਨ, ਮੋਬਾਈਲ ਨੰਬਰ 9521727350।